ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀ ਨੇ ਭਾਰਤੀ ਅਰਥਵਿਵਸਥਾ ਚ ਤੇਜ਼ੀ ਹੋਂਤ ਦਾ ਅਨੁਮਾਨ ਲਗਾਇਆ ਹੈ ਏਜੰਸੀ ਨੇ ਚਾਲੂ مالی ਸਾਲ ਵਿੱਚ ਜੀਡੀਪੀ ਦੇ 6.6 ਫੀਸਦੀ ਦਰ ਤੋਂ ਵਧਣ ਦੀ ਸੰਭਾਵਨਾ ਸਹਰ ਕੀਤੀ ਹੈ ਆਪਣਾ ਦਾਸਾਚਾਰੀ ਕੀਤੀ ਕੀ ਅਨੁਮਾਨ ਏਜੰਸੀ ਨੇ ਕਿਹਾ ਕਿ ਅਗਲੇ مالی ਸਾਲ ਵਿੱਚ ਜੀਡੀਪੀ 6.2 ਫੀਸਦੀ ਦਰ ਨਾਲ ਵਧੇਗੀ ਏਜੰਸੀ ਨੇ ਕਿਹਾ ਕਿ ਕਰਜ਼ੇ ਦੀ ਮਜ਼ਬੂਤ ਮੰਗ ਨਾਲ ਗੈਰ 뱅킹 ਵਿਤੀ ਸੰਸਥਾਵਾਂ ਨੂੰ ਵਧੇਰੇ ਸਮਰਥਨ ਮਿਲੇਗਾ ਮੂੜੀ ਦਾ ਵਿਤੀ ਸਾਲ 2025 ਵਿੱਚ ਜੀਡੀਪੀ ਦੀ ਵਿਕਾਸ ਦਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਲਗਾਏ ਗੇ ਅਨੁਮਾਨ ਤੇ ਹੋਰ ਏਜੰਸੀਆਂ ਦੇ ਅਨੁਮਾਨ ਤੋਂ ਹੇਠਾਂ ਹੈ ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਮਾਲੀ ਵਰੇ ਵਿੱਚ ਭਾਰਤੀ ਅਰਥ ਵਿਵਸਥਾ ਦੀ 7% ਤੱਕ ਰਹਿਣ ਦਾ ਅਨੁਮਾਨ ਲਗਾਇਆ ਸੀ